ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੂ, ਗੁਰ ਹਿਰਦੈ ਧਿਆਵੂ। ਸ੍ਰੀ ਗੁਰੂ ਰਾਮਦਾਸ ਗੁਣ ਗਾਵੂ, ਗੁਰ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰ ਕ੍ਰਿਸ਼ਨ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸਨ ਸੋਏ।
ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ, ਵਾਹਿਗੁਰੂ ਸਾਹਿਬ ਜੀਓ ਆਪਣੇ ਕਰੇ ਸਲੋਕ ਚਾਰ ਤਬ ਕਰ ਕਾਗਜ਼ ਪਰ ਦੇ ਲਿਖਾਏ, ਲਿਖੇ ਪਿਤਾਮੇ ਕੇ ਸੋ ਘਰ ਮਹੇ, ਹੇ ਰਹਮੋ ਸੋ ਕੰਠ ਕਰਾਏ। ਆਪਣੇ ਕਰੇ ਸਲੋਕ ਚਾਰ ਤਬ ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਰਬੱਤ ਸੰਗਤ ਕਿਰਪਾ ਕਰਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਪ੍ਰੇਮ ਦੇ ਨਾਲ ਹਰ ਰੋਜ਼ ਗੁਰੂ ਘਰ ਅੰਦਰ ਸਤਿਗੁਰੂ ਜੀ ਦੇ ਇਤਿਹਾਸ ਦੀ ਕਥਾ ਸ਼੍ਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸ੍ਰੀ ਰਾਮਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਉੱਪਰ ਸੁਸ਼ੋਭਿਤ ਹਨ, ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾ ਰਹੇ ਹਨ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਐਸੀ ਕਿਰਪਾ ਕਰਦੇ ਹੋਏ ਸਹਿਸਕ੍ਰਿਤੀ ਜਿਹੜੀ ਬਾਣੀ ਹੈ ਬੜੀ ਮਹਿੰਗੀ, ਉਸ ਪਵਿੱਤਰ ਬਾਣੀ ਨੂੰ ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਲਿਖਵਾਇਆ। ਪੰਡਿਤ ਹਰੀ ਲਾਲ ਜੀ ਕ੍ਰਿਸ਼ਨ ਲਾਲ ਜੀ ਨੂੰ ਉਪਦੇਸ਼ ਦੇ ਕੇ ਸੰਸਾਰ ਦਾ ਮੋਹ ਸਹਿਸਕ੍ਰਿਤੀ ਦੇ ਵਿੱਚ ਤੋੜਿਆ, ਸਰੀਰ ਦੀ ਹੰਕਤਾ ਹੰਕਾਰ ਸਹਿਸਕ੍ਰਿਤੀ ਵਿੱਚ ਗਾਥਾ ਦੇ ਵਿੱਚ ਮਹਾਰਾਜ ਜੀ ਨੇ ਤੋੜੀ ਹੈ ਔਰ ਇਹਨਾਂ ਤੇ ਕਿਰਪਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹਨਾਂ ਉੱਪਰ ਕਿਰਪਾ ਕੀਤੀ, ਹਿਰਦੇ ਵਿੱਚ ਇਹਨਾਂ ਦੇ ਆਨੰਦ ਪ੍ਰਗਟ ਹੋਇਆ, ਜਿਸ ਨੂੰ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਹਨ ਨਾਨਕ ਭਗਤਾਂ ਸਦਾ ਵਿਗਾਸ, ਐਸੇ ਖੇੜੇ ਦੇ ਵਿੱਚ ਇਹਨਾਂ ਦੀ ਸੁਰਤ ਗਈ ਤਾਂ ਇਹਨਾਂ ਨੇ ਫਿਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਸਤਤ ਕਰਨੀ ਆਰੰਭ ਕੀਤੀ ਕਿ ਹੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਭਾਵੇਂ ਤੁਹਾਡਾ ਸਰੀਰ ਕਲਯੁੱਗ ਦੇ ਵਿੱਚ ਪ੍ਰਗਟ ਹੋਇਆ ਹੈ,
ਪਰ ਜਿਨ੍ਹਾਂ ਮਹਾਂਪੁਰਸ਼ਾਂ ਨੂੰ ਪੂਰਾ ਹਿੰਦੁਸਤਾਨ ਪੂਜਦਾ ਹੈ, ਭਗਵਾਨ ਸ੍ਰੀ ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਜੀ, ਸਾਡੇ ਵਾਸਤੇ ਤੇ ਸਭ ਕੁਝ ਆਪ ਹੀ ਹੋ। ਸਾਡੇ ਵਾਸਤੇ ਤਾਂ ਗਰੀਬ ਨਵਾਜ, ਗੁਰ ਈਸ਼ਰ, ਗੁਰ ਗੋਰਖ, ਬਰਮਾ ਗੁਰ, ਪਾਰਵਤੀ ਮਾਈ, ਸਾਡੇ ਵਾਸਤੇ ਤਾਂ ਸੱਚੇ ਪਾਤਸ਼ਾਹ ਗੁਰ ਜੈਸਾ ਨਾਹੀ ਕੋ ਦੇਵ, ਐਸੀ ਕਿਰਪਾ ਕਰਨ ਵਾਲੇ ਹੋ, ਬਖਸ਼ਿਸ਼ ਕਰਨ ਵਾਲੇ ਹੋ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਬੇਰੀ। ਤਾਂ ਸਤਿਗੁਰੂ ਜੀ ਦੀ ਉਸਤਤ ਕਰਦੇ ਪਏ ਹਨ, ਉਸਤਤ ਕਰਦੇ ਹੋਏ ਜਿਵੇਂ ਪਵਿੱਤਰ ਬਚਨ ਉਚਾਰਨ ਕਰਦੇ ਹਨ, ਆਓ ਬੜੇ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਸੁਣਨ ਦਾ ਯਤਨ ਕਰੀਏ ਜੀ। ਦੁਰੇ ਰਹੋ ਨਹਿ ਜਾਣ ਸਕਹਿ ਸਭ, ਜਿਸ ਪਰ ਆਪ ਹੋਤ ਅਨੁਕੂਲ। ਹੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਆਪ ਜੀ ਛਿਪੇ ਰਹਿੰਦੇ ਹੋ, ਆਮ ਮਨੁੱਖਾਂ ਵਾਂਗ ਦੁਨੀਆਂ ਦੇ ਵਿੱਚ ਵਿਚਰਦੇ ਹੋ, ਕਿਸੇ ਨੂੰ ਇਹ ਗਿਆਨ ਨਹੀਂ ਤੁਸੀਂ ਹੋਣ ਦਿੰਦੇ ਕਿ ਤੁਸੀਂ ਆਪ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਦਾ ਸਰੂਪ ਹੋ। ਇਸ ਤਰ੍ਹਾਂ ਭਾਣੇ 'ਚ ਰਹਿ ਕੇ, ਛਿਪ ਕੇ ਆਪ ਜੀ ਸੰਸਾਰ ਦਾ ਭਲਾ ਕਰ ਰਹੇ ਹੋ, ਮਨੁੱਖਾ ਜਨਮ ਦੇ ਵਿੱਚ, ਮਨੁੱਖੇ ਸਰੀਰ ਵਿੱਚ, ਜਾਂਬੇ ਵਿੱਚ। ਪਰ ਜੇ ਕਿਸੇ ਦੇ ਤੁਸੀਂ ਕਿਰਪਾਲੂ ਹੋ ਜਾਂਦੇ ਹੋ, ਜੇ ਕਿਸੇ 'ਤੇ ਆਪ ਜੀ ਦੀ ਕਿਰਪਾ ਹੋ ਜਾਂਦੀ ਹੈ, ਦਿਆਲ ਹੋ ਜਾਂਦੇ ਹੋ, ਜੇ ਕਿਸੇ ਦੀ ਸੇਵਾ ਵੇਖ ਕੇ, ਸਿਮਰਨ ਵੇਖ ਕੇ। ਸੋ ਰਾਵਰ ਕੋ ਰੂਪ ਪਛਾਨ ਹੈ, ਏਕ ਤੋਹੇ ਸਭ ਜਗ ਕੋ ਮੂਲ। ਉਹਨੂੰ ਫਿਰ ਆਪ ਜੀ ਦੇ ਸਰੂਪ ਦੀ ਗਿਆਤ ਹੁੰਦੀ ਹੈ, ਉਹਨੂੰ ਜਾਣਕਾਰੀ ਹੋ ਜਾਂਦੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਉਹ ਨਹੀਂ ਆ ਜਿਹੜਾ ਅਸੀਂ ਬਾਹਰਲੀਆਂ ਅੱਖਾਂ ਨਾਲ ਜਿਨ੍ਹਾਂ ਦਾ ਦਰਸ਼ਨ ਕਰਦੇ ਪਏ ਹਾਂ। ਇਹ ਜਿਹੜਾ ਬਾਹਰਲਾ ਉਹਨਾਂ ਦਾ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੋਇਆ ਹੈ, ਮਾਇਆ ਦਾ, ਪ੍ਰਕਿਰਤੀ ਦੁਆਰਾ, ਗੁਣਾਂ ਦੁਆਰਾ ਧਾਰਨ ਕੀਤਾ ਹੈ। ਅਸਲ ਵਿੱਚ ਇਹ ਉਹ ਸਰੀਰ ਨਹੀਂ ਜਿਹੜਾ ਦਿਖਦੇ ਪਏ ਹਨ। ਇਸ ਸਰੀਰ ਦੇ ਵਿੱਚ, ਸਰੀਰ ਦੇ ਪਰਦੇ ਦੇ ਉਹਲੇ, ਇਹ ਤਾਂ ਉਹ ਪਰਮਾਤਮਾ ਹਨ ਜਿਹੜਾ ਪਰਮਾਤਮਾ ਸਾਰੀ ਦੁਨੀਆਂ ਦਾ ਮੂਲ ਹੈ, ਮੁੱਢ ਹੈ, ਜਿਸ ਪਰਮਾਤਮਾ ਤੋਂ ਸਾਰਾ ਸੰਸਾਰ ਜਿਹੜਾ ਹੈ ਉਹ ਪੈਦਾ ਹੁੰਦਾ ਹੈ, ਉਹਦੇ ਵਿੱਚ ਰਹਿੰਦਾ ਹੈ ਅਤੇ ਉਹਦੇ ਵਿੱਚ ਹੀ ਇੱਕ ਦਿਨ ਸਮਾ ਜਾਂਦਾ ਹੈ। ਐਸਾ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸਰੂਪ ਦੇ ਵਿੱਚ ਬੈਠਾ ਹੈ, ਬਾਹਰ ਪਰਦਾ ਪਾਇਆ ਹੋਇਆ ਹੈ ਸਰੀਰ ਦਾ। ਤਾਂ ਜਿਹਦੇ ਉੱਤੇ ਬਹੁਤੀ ਕਿਰਪਾ ਹੁੰਦੀ ਹੈ ਉਹਨੂੰ ਇਸ ਗੱਲ ਦੀ ਸਮਝ ਆਉਂਦੀ ਹੈ, ਅਤੇ ਜਿਹਦੇ ਉੱਤੇ ਇਹ ਕਿਰਪਾ ਨਹੀਂ ਹੁੰਦੀ ਉਹਦੇ ਵਾਸਤੇ ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਇੱਕ ਪੂਰਨ ਮਨੁੱਖ ਤੋਂ ਵੱਧ ਕੁਝ ਨਹੀਂ ਉਹਨੂੰ ਸਮਝ ਆਉਂਦੇ ਹਨ। ਉਹ ਸਮਝਦਾ ਕਿ ਮਹਾਰਾਜ ਇੱਕ ਆਮ ਇਨਸਾਨ ਸੀ, ਚੰਗੇ ਸੀ, ਚੰਗੇ ਗੁਣਾਂ ਵਾਲੇ ਸੀ, ਚੰਗਾ ਸੁਭਾਅ ਸੀ, ਚੰਗੇ ਕੰਮ ਕਰਦੇ ਸੀ,
ਤਾਂ ਜਿਹੋ ਜਿਹੀ ਕਿਸੇ ਦੀ ਦ੍ਰਿਸ਼ਟੀ ਹੁੰਦੀ ਹੈ ਉਹੋ ਜਿਹਾ ਹੀ ਫਿਰ ਉਹਨੂੰ ਅੱਗੇ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਦਾ ਦਿਖਣ ਲੱਗ ਪੈਂਦਾ ਹੈ। ਜਿਵੇਂ ਕਬੀਰ ਸਾਹਿਬ ਮਹਾਰਾਜ ਬੜੇ ਉੱਚੇ ਮਹਾਂਪੁਰਸ਼ ਹੋਏ ਨੇ, ਰਾਮ ਕਬੀਰਾ ਏਕ ਭਏ ਹੈ, ਐਸੀ ਅਵਸਥਾ ਨੂੰ ਪਹੁੰਚੇ ਸਨ, ਪਰ ਜੇ ਦੇਖਣ ਵਾਲੇ ਦੀ ਨਿਗਾਹ ਬਹੁਤ ਉੱਚੀ ਹੈ ਤਾਂ ਉਹ ਕਹਿੰਦਾ ਵੀ ਕਬੀਰ ਸਾਹਿਬ ਤਾਂ ਰੱਬ ਦਾ ਰੂਪ ਸੀ। ਜੇ ਦੇਖਣ ਵਾਲੇ ਦੀ ਨਿਗਾਹ ਠੀਕ ਜੀ ਹੈ, ਨਾ ਬਹੁਤੀ ਉੱਚੀ ਨਾ ਬਹੁਤੀ ਨੀਵੀਂ, ਤਾਂ ਉਹ ਕਹਿੰਦਾ ਕਬੀਰ ਸਾਹਿਬ ਚੰਗੇ ਸਮਾਜ ਸੁਧਾਰਕ ਸੀ, ਚੰਗੇ ਇਨਸਾਨ ਸੀ, ਚੰਗੇ ਸੰਤ ਸੀ। ਤੇ ਤੀਸਰੇ ਇੱਦਾਂ ਦੇ ਵੀ ਹੁੰਦੇ ਹਨ ਜਿਨ੍ਹਾਂ ਦੀ ਨਿਗਾਹ ਬੜੀ ਨੀਵੀਂ ਅੱਤ ਦਰਜੇ ਦੀ ਹੁੰਦੀ, ਉਹ ਤਾਂ ਫਿਰ ਇਹੋ ਜਿਹੀ ਗੱਲ ਕਹਿੰਦੇ ਜਿਹੜੀ ਹੁਣ ਆਪਾਂ ਨਹੀਂ ਕਰ ਸਕਦੇ ਵੀ ਪਤਾ ਨਹੀਂ ਕਿੰਨੇ ਜੰਮ ਕੇ ਸੁੱਟਦਾ ਸੀ, ਤਲਾਅ ਦੇ ਕੰਢੇ ਤੇ ਮਿਲਿਆ ਸੀ। ਸੋ ਜਿੱਦਾਂ ਦੀ ਕਿਸੇ ਦੀ ਦ੍ਰਿਸ਼ਟੀ ਆ, ਜਿੱਦਾਂ ਦਾ ਕਿਸੇ ਦਾ ਮਨ ਹੈ, ਉਹਨੂੰ ਉਹੋ ਜਿਹਾ ਸਰੂਪ ਜਿਹੜਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਗੇ ਜਿਹੜਾ ਹੈ ਉਹ ਦਿਖਦਾ ਰਹਿੰਦਾ ਹੈ। ਅੱਜ ਅਵਿਨਾਸ਼ੀ ਲਛਮੀ ਦਾਸੀ ਕਰੋ ਬਿਨਾਸੀ ਜੇ ਪ੍ਰਤਕੂਲ। ਹੇ ਸੱਚੇ ਪਾਤਸ਼ਾਹ, ਸਾਡੇ ਵਾਸਤੇ ਤਾਂ ਤੁਸੀਂ ਉਹ ਪਰਮੇਸ਼ਰ ਹੋ ਜਿਹੜਾ ਅੱਜ ਅਜਨਮਾ ਹੈ, ਜਿਹੜਾ ਜਨਮ ਨਹੀਂ ਧਾਰਨ ਕਰਦਾ, ਉਹਦਾ ਸਰੂਪ ਅਸੀਂ ਤੁਹਾਨੂੰ ਸਮਝਦੇ, ਔਰ ਤੁਸੀਂ ਅਵਨਾਸ਼ੀ ਪਰਮੇਸ਼ਰ ਹੋ ਜਿਹੜਾ ਨਾਸ਼ ਨਹੀਂ ਹੁੰਦਾ, ਕਦੀ ਖਤਮ ਨਹੀਂ ਹੁੰਦਾ। ਹੁਣ ਦੇਖੋ ਗੁਰੂ ਘਰ ਜਾਂ ਇੱਕ ਸੌਖੀ ਜੀ ਉਦਾਹਰਣ ਲੈਣੀ ਹੋਵੇ ਵੀ ਗੁਰਦੁਆਰਾ ਤੇ ਉਹੋ ਹੀ ਹੈ, ਪਹਿਲਾਂ ਸਾਡੇ ਬਜ਼ੁਰਗ ਵੀ ਮੱਥਾ ਟੇਕਦੇ ਰਹੇ ਆ, ਹੁਣ ਅਸੀਂ ਵੀ ਮੱਥਾ ਟੇਕਾਂਗੇ ਤੇ ਗਾਂਹ ਸਾਡੇ ਆਉਣ ਵਾਲੇ ਵੀ ਮੱਥਾ ਟੇਕਣਗੇ। ਗੁਰਦੁਆਰਾ ਉਹੋ ਹੀ ਰਹਿੰਦਾ ਪਰ ਅਸੀਂ ਤੁਰੇ ਜਾਂਦੇ ਵਾਰੀ ਵਾਰੀ, ਗੁਰੂ ਉੱਥੇ ਹੀ ਸਥਿਰ ਰਹਿੰਦਾ ਹੈ, ਨਿਸ਼ਚਲ ਰਹਿੰਦਾ ਹੈ। ਤਾਂ ਇਸੇ ਤਰ੍ਹਾਂ ਹੇ ਮਹਾਰਾਜ, ਸਾਡੇ ਵਾਸਤੇ ਤੇ ਤੁਸੀਂ ਨਾਸ਼ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੋ। ਜਿੰਨੀ ਲਛਮੀ ਹੈ, ਮਾਇਆ ਹੈ ਜਾਂ ਪ੍ਰਕਿਰਤੀ ਹੈ, ਕੁਦਰਤ ਹੈ, ਇਹ ਜਿਹੜੀ ਲਛਮੀ ਹੈ ਮਾਤਾ, ਇਹ ਤੁਹਾਡੀ ਦਾਸੀ ਹੈ। ਰਿੱਧੀਆਂ ਸਿੱਧੀਆਂ ਨੌ ਨਿੱਧੀਆਂ, ਇਹ ਜਿੰਨਾ ਕੁਝ ਵੀ ਮਾਇਆ ਦਾ ਪਸਾਰਾ ਸਭ ਆਪ ਜੀ ਦੇ ਅਧੀਨ ਹੈ। ਜਿਹੜਾ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਤਾਂ ਉਹਦੇ ਜਿਹੜੇ ਪ੍ਰਤੀਕੂਲ ਹਨ, ਵਿਘਨ ਹਨ, ਪ੍ਰਤੀਕੂਲ ਨਾਮ ਵਿਘਨ ਦਾ ਵਾ, ਜਿਹੜਾ ਵਿਘਨ ਸਾਨੂੰ ਨਾਮ ਨਹੀਂ ਜਪਣ ਦਿੰਦਾ, ਪ੍ਰਤੀਕੂਲ ਨਾਮ ਪਾਪ ਦਾ ਹੈ, ਮਾੜੇ ਕਰਮ ਦਾ। ਜਿਹੜਾ ਮਾੜਾ ਕਰਮ ਪਿੱਛੇ ਅਸੀਂ ਕਰ ਚੁੱਕੇ ਹਾਂ ਉਹ ਸਾਡੀ ਇਕਾਗਰਤਾ ਸਿਮਰਨ ਦੇ ਵਿੱਚ ਨਹੀਂ ਬਣ ਦਿੰਦਾ, ਆਲਸ ਪੈਦਾ ਕਰਦਾ ਹੈ। ਜੇ ਜਾਪ ਰੱਖ ਲਈਏ ਤੇ ਪੂਰਾ ਨਹੀਂ ਹੁੰਦਾ, ਵਿੱਚ ਹੀ ਨਾਗਾ ਪਾ ਕੇ ਬਹਿ ਜਾਈਦਾ ਹੈ। ਇੱਦਾਂ ਸਿਮਰਨ ਦੇ ਵਿੱਚ ਜਿਹੜਾ ਵਿਘਨ ਜਿੰਨਾ ਵੀ ਆ ਰਿਹਾ ਧਰਮ ਵਾਲੇ ਪਾਸੇ ਤੁਰਨ ਨਹੀਂ ਦਿੰਦਾ, ਉਹ ਸਭ ਪ੍ਰਤੀਕੂਲ ਆ, ਮਾੜਾ ਕਰਮ ਆ ਪਿਛਲਾ। ਜਿਨ੍ਹਾਂ ਤੇ ਤੁਸੀਂ ਦਿਆਲ ਹੋ ਜਾਂਦੇ ਹੋ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਤੁਸੀਂ ਪ੍ਰਤੀਕੂਲ ਕੱਟ ਦਿੰਦੇ ਹੋ, ਮਾੜੇ ਕਰਮ ਕੱਟ ਦਿੰਦੇ ਹੋ, ਮੇਟ ਦਿੰਦੇ ਹੋ,
ਉਹਨਾਂ ਨੂੰ ਤੁਸੀਂ ਆਪਣੇ ਚਰਨਾਂ ਦੇ ਨਾਲ ਸੱਚੇ ਪਾਤਸ਼ਾਹ ਜੋੜ ਲੈਂਦੇ ਹੋ। ਵਿਦ ਹੋਏ ਰਚੋ ਵੇਸ਼ਨ ਹੋਏ ਭੁੱਖ ਹੋ, ਰੁਦਰ ਹੋਏ ਜਗ ਹਰ ਹੋ ਅਪੂਲ। ਸੰਸਾਰ ਨੇ ਤਿੰਨ ਤਰ੍ਹਾਂ ਦੀ ਤਾਕਤ ਮੰਨੀ ਹੈ। ਇੱਕ ਤਾਕਤ ਮੰਨੀ ਹੈ ਸੰਸਾਰ ਨੇ, ਜਿਹੜੀ ਸੰਸਾਰ ਨੂੰ ਪੈਦਾ ਕਰਦੀ, ਜਿਹਨੂੰ ਧਾਰਮਿਕ ਗ੍ਰੰਥਾਂ ਦੇ ਵਿੱਚ ਭਗਵਾਨ ਵਿਸ਼ਨੂੰ ਜੀ ਜਾਂ ਭਗਵਾਨ ਬ੍ਰਹਮਾ ਜੀ ਕਿਹਾ ਜਾਂਦਾ ਹੈ। ਇੱਕ ਤਾਕਤ ਸੰਸਾਰ ਨੇ ਧਾਰਮਿਕ ਗ੍ਰੰਥਾਂ ਵਿੱਚ ਮੰਨੀ ਹੈ, ਜਿਹੜੀ ਪਾਲਦੀ ਹੈ ਸਾਰੇ ਸੰਸਾਰ ਨੂੰ, ਰੋਜ਼ੀ ਰੋਟੀ ਪਹੁੰਚਾਉਂਦੀ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤੋ ਪਾਇਨ ਤਿਨਾ ਪੀ। ਐਸਾ ਪਵਿੱਤਰ ਬਚਨ ਜਿਹੜਾ ਹੈ ਇਹ ਪਾਲਣ ਵਾਲੀ ਸ਼ਕਤੀ ਦਾ ਹੈ। ਔਰ ਤੀਸਰੀ ਤਾਕਤ ਮੰਨੀ ਹੈ, ਜਿਹੜੀ ਬੰਦੇ ਦੀ ਉਮਰ ਪੂਰੀ ਹੋਣ ਤੇ ਉਹਦਾ ਜਿਹੜਾ ਪੰਜ ਭੂਤਕ ਸਰੀਰ ਆ, ਮਿੱਟੀ ਦਾ ਸਰੀਰ ਹੈ, ਇਹਦੇ ਵਿੱਚੋਂ ਪ੍ਰਾਣਾਂ ਨੂੰ ਵੱਖ ਕਰ ਦਿੰਦੀ ਹੈ, ਖਤਮ ਕਰਦੀ ਹੈ ਸੰਸਾਰ ਨੂੰ। ਤਾਂ ਇਹ ਸੰਸਾਰ ਦੇ ਧਾਰਮਿਕ ਗ੍ਰੰਥਾਂ ਵਿੱਚ ਤਿੰਨ ਵੱਖਰੀਆਂ ਵੱਖਰੀਆਂ ਤਾਕਤਾਂ ਮੰਨੀਆਂ ਨੇ, ਭਗਵਾਨ ਜੀ ਆਪਣੇ ਬ੍ਰਹਮਾ ਜੀ, ਵਿਸ਼ਨੂੰ ਜੀ ਤੇ ਸ਼ਿਵ ਜੀ। ਤੇ ਜਿਨ੍ਹਾਂ ਨੇ ਸਾਇੰਸ ਪੜ੍ਹ ਲਈ ਉਹਨਾਂ ਨੇ ਵੀ ਤਿੰਨ ਹੀ ਮੰਨੀਆਂ ਨੇ, ਬਸ ਨਾਂ ਵੱਖਰੇ ਵੱਖਰੇ ਨੇ। ਨਿਊਟੋਨ, ਪ੍ਰੋਟੋਨ ਤੇ ਇਲੈਕਟ੍ਰੋਨ, ਇਹ ਤਿੰਨਾਂ ਤੋਂ ਸਾਰਾ ਸੰਸਾਰ ਬਣਦਾ ਵਾ, ਉਹਨਾਂ ਨੇ ਇੱਦਾਂ ਮੰਨਿਆ ਹੋਇਆ। ਜਿਹੜੇ ਗਿਆਨਵਾਨ ਨੇ, ਬਹੁਤੇ ਡੂੰਘੇ ਨੇ, ਉਹਨਾਂ ਨੇ ਵੀ ਤਿੰਨ ਚੀਜ਼ਾਂ ਹੀ ਮੰਨੀਆਂ ਨੇ ਵੀ ਤਿੰਨਾਂ ਤੋਂ ਹੀ ਸੰਸਾਰ ਬਣਦਾ। ਰਾਜਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਰਜੋਗੁਣ ਤੋਂ, ਸਤੋਗੁਣ ਤੋਂ, ਤਮੋ ਗੁਣ ਤੋਂ ਸਾਇੰਸ ਨੇ ਵੀ ਤਿੰਨ ਚੀਜ਼ਾਂ ਮੰਨੀਆਂ, ਜਿੱਤੋਂ ਸਾਰੀ ਦੁਨੀਆਂ ਬਣਦੀ ਜੀ। ਮਾਇਥੋਲੋਜੀ ਨੇ ਵੀ ਤਿੰਨ ਚੀਜ਼ਾਂ ਹੀ ਮੰਨੀਆਂ, ਜਿੱਤੋਂ ਸਭ ਕੁਝ ਚੱਲਦਾ। ਗਿਆਨਵਾਨਾਂ ਨੇ ਵੀ, ਜਿਹੜੇ ਬਹੁਤੇ ਡੂੰਘੇ ਉਹਨਾਂ ਦੀ ਮੈਂ ਗੱਲ ਕਰਦਾ ਪਿਆ, ਉਹਨਾਂ ਨੇ ਵੀ ਤਿੰਨ ਚੀਜ਼ਾਂ ਹੀ ਮੰਨੀਆਂ, ਜਿੱਤੋਂ ਸਭ ਕੁਝ ਹੁੰਦਾ, ਸਿਰਫ ਨਾਵਾਂ ਦਾ ਫਰਕ ਆ। ਪਰ ਗੁਰੂ ਸਾਹਿਬ ਨੇ ਕੀ ਮੰਨਿਆ? ਗੁਰੂ ਸਾਹਿਬ ਨੇ ਆਖਿਆ, ਭਾਈ ਤਿੰਨਾਂ ਤੇ ਹੀ ਖੜ ਗਏ, ਤਿੰਨਾਂ ਦੇ ਪਿੱਛੇ ਇੱਕ ਵੀ ਹੈ। ਜਿਹਨੂੰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਇੱਕ ਓਅੰਕਾਰ, ਓਅੰਕਾਰ ਦੇ ਤਿੰਨ ਹਿੱਸੇ ਹੋਏ ਨਾ, ਤਾਂ ਸਾਰਾ ਸੰਸਾਰ ਤਿੰਨਾਂ ਚ ਵੰਡਿਆ। ਆ ਕਈ ਕਹਿਣਗੇ ਜੀ ਅਸੀਂ ਦੇਵਤੇ ਨਹੀਂ ਮੰਨਦੇ, ਆਪਾਂ ਵੀ ਨਹੀਂ, ਚਲੋ ਸਤਿਕਾਰ ਕਰਦੇ ਹਾਂ, ਨਿੰਦਿਆ ਨਹੀਂ ਕਰਦੇ, ਪਰ ਮੰਨਦੇ ਤੇ ਆਪਾਂ ਵੀ ਰੱਬ ਨੂੰ, ਪਰ ਤੂੰ ਸਾਇੰਸ ਨੂੰ ਮੰਨਦਾ ਤੇ ਸਾਇੰਸ ਵੀ ਤੇ ਤਿੰਨਾਂ ਨੂੰ ਮੰਨਦੀ, ਕੀ ਫਰਕ ਆ ਤੇਰਾ ਤੇ ਉਹਨਾਂ ਪੁਰਾਣੇ ਲੋਕਾਂ ਦਾ? ਇਹਨਾਂ ਤਿੰਨਾਂ ਤੋਂ ਪਛਾਂਹ ਲੰਘ, ਇਹਨਾਂ ਤਿੰਨਾਂ ਤੋਂ ਪਛਾਂਹ ਜਾ। ਜਿਹਨੂੰ ਮਹਾਰਾਜ ਨੇ ਇੱਕ ਕਿਹਾ, ਓਅੰਕਾਰ ਦੇ ਅੱਗੇ ਇੱਕ ਲਾਇਆ ਸੱਚੇ ਪਾਤਸ਼ਾਹ ਨੇ, ਗਰੀਬ ਨਿਵਾਜ ਨੇ। ਜਿਹਨੂੰ ਬਾਣੀ ਕਹਿੰਦੀ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ।
ਜਦੋਂ ਵੀ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਹੈ ਉਹਨਾਂ ਨੇ ਪਵਿੱਤਰ ਬਚਨ ਲਿਖੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੱਡ ਅੱਡ ਰੂਪਾਂ ਚ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਾਣੀ ਉਚਾਰਨ ਕੀਤੀ ਉਹਨਾਂ ਨੇ ਵੀ ਆਪਣੀ ਬਾਣੀ ਇੱਥੋਂ ਹੀ ਸ਼ੁਰੂ ਕੀਤੀ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੋਂ ਬਾਅਦਾ ਉਹਨਾਂ ਲਿਖਿਆ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤਾਂ ਜਿਹੜਾ ਸਿੱਖ ਆ ਇਹ ਰੱਬ ਦੇ ਵਿੱਚ ਤਿੰਨ ਵੰਡੀਆਂ ਨਹੀਂ ਪਾਉਂਦਾ। ਇਹ ਕਹਿੰਦਾ ਵੀ ਕੁਦਰਤ ਵਿੱਚ ਪ੍ਰਕਿਰਤੀ ਵਿੱਚ ਤਿੰਨ ਵੰਡੀਆਂ ਹੋ ਸਕਦੀਆਂ ਵਾ ਪਰ ਪਰਮੇਸ਼ਰ ਇੱਕ ਆ। ਅੱਗੇ ਜਿਹੜੀ ਕੁਦਰਤ ਆ ਉਹਦੇ ਤਿੰਨ ਹਿੱਸੇ ਆ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਤਿੰਨ ਹਿੱਸੇ ਉਹਦੇ ਆ। ਤਾਂ ਇਸ ਕਰਕੇ ਸੱਚੇ ਪਾਤਸ਼ਾਹ ਵੀ ਸਾਡੇ ਵਾਸਤੇ ਤੇ ਤੁਸੀਂ ਪੈਦਾ ਕਰਨ ਵਾਲੇ ਆ ਤੁਸੀਂ ਪਾਲਣ ਵਾਲੇ ਆ ਤੇ ਤੁਸੀਂ ਜਦੋਂ ਬੰਦੇ ਦੀ ਉਮਰ ਪੂਰੀ ਹੁੰਦੀ ਹੈ ਇਹ ਸਰੀਰ ਪੁਰਾਣਾ ਹੋ ਜਾਂਦਾ ਹੈ ਤਾਂ ਨਵਾਂ ਸਰੀਰ ਦੇਣ ਵਾਸਤੇ ਇਸ ਸਰੀਰ ਨੂੰ ਖਤਮ ਕਰ ਦਿੰਦੇ ਹੋ ਐਸੀ ਕਿਰਪਾ ਕਰਨ ਵਾਲੇ ਹੋ। ਔਰ ਤੁਸੀਂ ਅਭੁੱਲ ਹੋ ਭੁੱਲਣ ਵਾਲੇ ਨਹੀਂ ਹੋ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਣ ਪ੍ਰਸੰਨ ਔਰ ਸਤਿਗੁਰ ਵੈ ਕਰ ਕਹਿਓ ਜਾਚੀਐ ਨਿਜ ਅਭਿਲਾਖ। ਇਹਨਾਂ ਦੀ ਸ਼ਰਧਾ ਦੇਖ ਕੇ ਯਕੀਨ ਦੇਖ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਬੜੇ ਪ੍ਰਸੰਨ ਹੋਏ ਵੀ ਆਪਣੇ ਗੁਰੂ ਉੱਤੇ ਯਕੀਨ ਇਹੀ ਰੱਖਣਾ ਵਾ ਵੀ ਗੁਰੂ ਤੇ ਗੋਬਿੰਦ ਵਿੱਚ ਫਰਕ ਨਹੀਂ ਹੈ ਗੁਰੂ ਤੇ ਪਰਮੇਸ਼ਰ ਵਿੱਚ ਫਰਕ ਨਹੀਂ। ਏਦਾਂ ਦੀ ਨੀਵੀਂ ਦ੍ਰਿਸ਼ਟੀ ਘਟੀਆ ਦ੍ਰਿਸ਼ਟੀ ਨਹੀਂ ਲਿਆਉਣੀ ਵੀ ਜੇ ਮੇਰੇ ਤੋਂ ਸਵੇਰੇ ਨਹੀਂ ਉੱਠਿਆ ਜਾਂਦਾ ਤੇ ਮਹਾਰਾਜ ਵੀ ਕਿੱਥੇ ਉੱਠਦਾ ਹੋਣਾ ਵਾ ਕਮਰੇ 'ਚ ਸੁੱਤਾ ਰਹਿੰਦਾ ਹੋਣਾ ਤੇ ਬਾਹਰ ਸਿੱਖਾਂ ਨੂੰ ਕਹਿ ਛੱਡਦਾ ਹੋਣਾ ਵੀ ਨਿਤਨੇਮ ਕਰਦਾ। ਏਦਾਂ ਦੀ ਜਿਹੜੀ ਨੀਵੀਂ ਦ੍ਰਿਸ਼ਟੀ ਰੱਖਦੇ ਨਾ ਹੁਣ ਜੇ ਮੇਰੇ ਤੋਂ ਨਹੀਂ ਉੱਠਿਆ ਜਾਂਦਾ ਤੇ ਕਈ ਕਹਿੰਦੇ ਜੀ ਅੰਮ੍ਰਿਤ ਵੇਲੇ ਉੱਠਣਾ ਹੀ ਨਹੀਂ ਚਾਹੀਦਾ ਜਦੋਂ ਅੱਖਾਂ ਖੋਲਣ ਉਹੀ ਅੰਮ੍ਰਿਤ ਵੇਲਾ। ਕਈਆਂ ਨੇ ਤੇ ਫਿਰ ਇਹ ਵੀ ਬਣਾ ਲਿਆ ਨਾ ਹੁਣ ਕਮਜ਼ੋਰੀ ਮੇਰੇ 'ਚ ਆ ਠੋਕੀ ਮਹਾਰਾਜ ਤੇ ਜਾਂਦੇ ਹਾਂ ਜੇ ਮੇਰੇ ਤੋਂ ਬੰਦਗੀ ਨਹੀਂ ਹੁੰਦੀ ਬੁਢੇਪੇ ਤੇ ਕਹਿ ਦਿੰਦੇ ਲੈ ਜਿਹੜਾ ਗੁਰਦੁਆਰਾ ਕਿੱਲੀ ਸਾਹਿਬ ਬਣਿਆ ਗੁਰੂ ਅਮਰਦਾਸ ਸਾਹਿਬ ਕਿੱਦਾਂ ਬੰਦਗੀ ਕਰ ਸਕਦੇ ਆ ਨਾਲੇ 84 ਉਮਰ 'ਚ ਤੇ ਉਹ ਗੱਦੀ ਤੇ ਬੈਠੇ ਤੇ ਬੁੱਢੇ ਬੰਦੇ ਤੋਂ ਤੇ ਹੱਥ ਨਹੀਂ ਹਿਲਦੇ ਤੇ ਕਿੱਲੀ ਫੜ ਕੇ ਬੰਦਗੀ ਕਿੱਥੋਂ ਕਰਦੇ। ਤਾਂ ਇਹੋ ਜਿਹੀ ਜਿਹੜੀ ਦ੍ਰਿਸ਼ਟੀ ਆ ਇਹ ਨਹੀਂ ਰੱਖਣੀ ਚਾਹੀਦੀ। ਸਿੱਖ ਨੂੰ ਗੁਰੂ ਨੂੰ ਕੀ ਸਮਝਣਾ ਚਾਹੀਦਾ ਹੈ ਬਾਣੀ ਕਹਿੰਦੀ ਆ ਵੀ ਸਿੱਖਾ ਤੂੰ ਮਹਾਰਾਜ ਨੂੰ ਮੱਥਾ ਵੀ ਟੇਕਦਾ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਤੇ ਮੱਥਾ ਟੇਕ ਕੇ ਫਿਰ ਤੂੰ ਆਖੇ ਵੀ ਨਹੀਂ ਲੱਗਦਾ। ਸਿਰ ਝੁਕਾਉਣ ਦਾ ਮਤਲਬ ਕੀ ਹੁੰਦਾ ਵਾ ਸਿਰ ਹਿਲਾਉਣ ਦਾ ਮਤਲਬ ਕੀ ਹੁੰਦਾ ਵੀ ਠੀਕ ਆ ਓਕੇ ਆ ਜੀ ਮੈਂ ਮੰਨਦਾ ਨਾਲੇ ਮਹਾਰਾਜ ਨੂੰ ਸਿਰ ਝੁਕਾਉਣਾ ਤੇ ਨਾਲੇ ਆਪਾਂ ਮਹਾਰਾਜ ਦੀ ਬਾਣੀ ਮੰਨਣੀ ਨਹੀਂ। ਬਾਣੀ ਕਹਿੰਦੀ ਆ ਵੀ ਗੁਰੂ ਦੀ ਜਦੋਂ ਤੂੰ ਸਿਫਤ ਕਰਨੀ ਆ ਕਿੱਦਾਂ ਕਰਨੀ ਆ ਸਤਿਗੁਰ ਵੱਡਾ ਕਰ ਸਲਾਹੀਏ। ਫਿਰ ਥੋੜਾ ਜਿਹਾ ਧਿਆਨ ਦਿਓ ਜੀ ਸਤਿਗੁਰ ਵੱਡਾ ਕਰ ਕੇ ਸਤਿਗੁਰ ਨਿੱਕਾ ਕਰ ਸਲਾਹੀਏ ਵੀ ਮੇਰੇ ਤੋਂ ਬੰਦਗੀ ਨਹੀਂ ਹੁੰਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਭੋਰੇ 'ਚ ਨਹੀਂ ਬੈਠੇ। ਹੁਣ ਬੰਦਾ ਪੁੱਛੇ ਵੀ ਉਹ ਫੁੱਟਬਾਲ ਖੇਡਦੇ ਰਹੇ ਕਿਤੇ ਸਾਧਾਂ ਨੇ ਭੋਰੇ 'ਚ ਨਹੀਂ ਬਹਿਣਾ ਬੰਦਗੀ ਨਹੀਂ ਕਰਨੀ ਸੇਵਾ ਨਹੀਂ ਕਰਨੀ ਤੇ ਹੋਰ ਸੰਤਾਂ ਨੇ ਤਾਸ਼ ਖੇਡਣੀ ਹੈ। ਤਾਂ ਮਹਾਰਾਜ ਕਹਿੰਦੇ ਤੂੰ ਗੁਰੂ ਨੂੰ ਨਿੱਕਾ ਕਰਕੇ ਸਲਾਹੁਣਾ ਵਾ ਜਿਹੋ ਜਿਹੀ ਸਿਫਤ ਕਰੇਗਾ ਉੱਦਾਂ ਦਾ ਹੀ ਬਣਦਾ ਜਾਵੇ। ਜਿਹੜੇ ਨਿੱਕਾ ਕਰਕੇ ਸਲਾਉਣਗੇ ਉਹਨਾਂ ਦੀ ਹਸਤੀ ਹੌਲੀ ਹੌਲੀ ਸੰਸਾਰ 'ਚੋਂ ਮਿਟਦੀ ਜਾਵੇਗੀ।
ਜਿਹੜੇ ਉਹਨੂੰ ਉਹਦੇ ਅਸਲੀ ਸਰੂਪ ਚ ਉਹਦੀ ਸਲਾਹਤਾ ਕਰਨਗੇ ਉਹ ਵੀ ਓਡੇ ਵੱਡੇ ਹੀ ਹੋ ਜਾਣਗੇ ਜਿੱਡਾ ਵੱਡਾ ਆਪ ਵਾਹਿਗੁਰੂ ਪਰਮੇਸ਼ਰ। ਤਾਂ ਮਹਾਰਾਜ ਜੀ ਬਾਣੀ ਚ ਲਿਖਦੇ ਆ ਵੀ ਸਤਿਗੁਰ ਵੱਡਾ ਕਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਪਰ ਪੁੱਛਿਆ ਮਹਾਰਾਜ ਜੀ ਸਾਨੂੰ ਤੇ ਦਿਖਦੀ ਨੀ ਏਦਾਂ ਦੀ ਗੱਲ, ਕਹਿੰਦੇ ਸਹਿ ਮੇਲੇ ਤਾਂ ਨਦਰੀ। ਤਾਂ ਸਤਿਗੁਰੂ ਦੀ ਜਿਹੜੀ ਸਿਫਤ ਆ ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਬੜੇ ਪ੍ਰੇਮ ਨਾਲ ਸਮਝਾਉਂਦੀ ਹੈ ਵੀ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਤ ਉਧਾਰਨ ਭੌਜਲ ਬਿਖਮਸ ਗਾਹੋ ਗੁਰ ਬੋਹਿਤ ਹੈ ਪਾ ਤਾਰੇ ਅਮ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗੇ ਆ। ਤਾਂ ਜਿੱਦਾਂ ਦੀ ਸਿਫਤ ਇਹਨਾਂ ਦੋ ਭਰਾਵਾਂ ਨੇ ਕੀਤੀ ਜੇ ਕਿਤੇ ਇੱਦਾਂ ਦੀ ਕੋਈ ਕਰਦੇ ਦਿਲੋਂ ਇੱਥੇ ਯਕੀਨ ਲੈ ਆਵੇ ਵੀ ਮੇਰਾ ਸੱਚਾ ਪਾਤਸ਼ਾਹ ਮੇਰਾ ਮਾਲਕ ਮੇਰਾ ਪਰਮੇਸ਼ਰ ਮੇਰਾ ਸੌ ਏਡਾ ਵੱਡਾ ਹੈ, ਤਾਂ ਫਿਰ ਜੋ ਆਪਾਂ ਮੰਗਾਂਗੇ ਸਤਿਗੁਰੂ ਦੇ ਦਰ ਤੋਂ ਉਹੋ ਹੀ ਸਾਨੂੰ ਪ੍ਰਾਪਤ ਹੋਵੇ। ਤਾਂ ਪੰਡਿਤ ਹਰੀ ਲਾਲ ਜੀ ਪੰਡਿਤ ਕ੍ਰਿਸ਼ਨ ਲਾਲ ਜੀ ਸਤਿਗੁਰੂ ਜੀ ਤੋਂ ਕੀ ਮੰਗਦੇ ਹਨ ਆਪਣੇ ਨਿੱਜ ਅਭਲਾਖਾ ਦੱਸਦੇ ਹਨ। ਆਸਾ ਧਰੇ ਦੂਰ ਤੇ ਆਏ ਪੂਰਨ ਕਰੋ ਨ ਗੁਪਤੀ ਰਾਖ। ਕਹਿੰਦੇ ਭਾਈ ਤੁਸੀਂ ਏਡੀ ਦੂਰੋਂ ਚੱਲ ਕੇ ਆਏ ਕਿੱਥੇ ਕਾਂਸ਼ੀ, ਕਾਂਸ਼ੀ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਏਡੀ ਦੂਰ ਤੋਂ ਆਏ ਹੋ, ਇਸ ਕਰਕੇ ਹੁਣ ਤੁਸੀਂ ਕੋਈ ਗੱਲ ਲੁਕੋ ਕੇ ਨਾ ਰੱਖੋ, ਤੁਹਾਡੇ ਮਨ ਦੀ ਇੱਛਾ ਕੀ ਆ, ਤੁਹਾਡੇ ਮਨ ਦਾ ਮਨੋਰਥ ਕੀ ਆ, ਆਪਾਂ ਗੁਰਦੁਆਰੇ ਆਉਣੇ ਕੀ ਲੈ ਕੇ ਆਉਣੇ ਮਨ ਚ ਵੀ ਕੀ ਮੰਗਣਾ ਮਹਾਰਾਜ ਤੋਂ। ਹਰੇਕ ਦੀ ਮੰਗ ਵੱਖੋ ਵੱਖਰੀ ਆ ਮਹਾਰਾਜ ਜੀ ਕੋਲ, ਪਰ ਕਮਾਲ ਦੀ ਗੱਲ ਹੈ ਵੀ ਉਹ ਕਿੱਡਾ ਵੱਡਾ ਪਰਮੇਸ਼ਰ ਵਾਹਿਗੁਰੂ ਆ। ਦੁਨੀਆਂ ਦੀ ਗਿਣਤੀ ਕਿੰਨੀ ਹੋ ਗਈ ਆ, 600-700 ਕਰੋੜ ਹੋ ਗਈ ਨਾ, 6-7 ਅਰਬ ਦੇ ਨੇੜੇ ਦੁਨੀਆ ਚਲੇਗੀ, 600-700 ਕਰੋੜ ਦੁਨੀਆ। ਤੇ ਜਦੋਂ ਰੱਬ ਅੱਗੇ ਅਰਦਾਸ ਕਰਦਾ ਹਰ ਬੰਦੇ ਦੀ ਅਰਦਾਸ ਵੱਖਰੀ ਆ, ਫੇਰ ਉਹ ਦੇਖ ਲਓ ਡਾਇਰੀ ਤੇ ਲਿਖਦਾ ਨਹੀਂ ਇੱਥੇ ਕਿੰਨੀ ਸੰਗਤ ਬੈਠੀ ਹੈ। ਹਰੇਕ ਦੀ ਅਰਦਾਸ ਹੋਊਗੀ ਆਪੋ ਆਪਣੀ। ਆਪਾਂ ਨੂੰ ਆਮ ਬੰਦੇ ਨਾਲ ਤੁਸੀਂ ਜਦੋਂ ਗੁਰੂ ਨੂੰ ਆਪਾਂ ਰਲਾ ਦਿੰਦੇ ਹਾਂ ਵੀ ਗੁਰੂ ਵੀ ਆਮ ਹੀ ਆ ਸਾਡੇ ਵਰਗਾ ਹੀ ਆ, ਤਾਂ ਮੈਨੂੰ ਇੱਕ ਗੱਲ ਦੱਸੋ ਵੀ ਜੇ ਸਾਨੂੰ ਕੋਈ ਬੰਦਾ 10 ਗੱਲਾਂ ਕਵੇ ਆਪਾਂ ਕਹਿੰਦੇ ਭਰਾਵਾ ਮੈਨੂੰ ਲਿਖ ਲੈਣ ਦੇ ਮੈਨੂੰ ਚੇਤਾ ਭੁੱਲ ਜਾ, ਕਹਿੰਦੇ ਕਿ ਨਹੀਂ ਕਹਿੰਦੇ ਤੇ ਭੁੱਲਦਾ ਵੀ ਆ। 700-600-700 ਕਰੋੜ ਦੁਨੀਆ ਵਾ, ਹਰੇਕ ਬੰਦੇ ਦੀ ਕੋਈ ਨਾ ਕੋਈ ਇੱਛਾ ਵਾ, ਪਰ ਮਾਲਕ ਸਤਿਗੁਰੂ ਪਰਮੇਸ਼ਰ ਕੋਈ ਡਾਇਰੀ ਨਹੀਂ ਲਾਈ ਵੀ ਮੈਂ ਲਿਖ ਲਾਂ ਹਰੇਕ ਦੀ ਇੱਛਾ ਪੂਰੀ ਕਰਦਾ। ਤਾਂ ਫਿਰ ਆਮ ਬੰਦੇ ਨੂੰ ਤੁਸੀਂ ਰੱਬ ਨਾਲ ਕਿੱਦਾਂ ਰਲਾਈ ਜਾਂਦੇ ਆ, ਤੁਸੀਂ ਕਿੱਦਾਂ ਕਹਿ ਦਿੰਦੇ ਵੀ ਆਮ ਬੰਦਾ ਜਾਂ ਗੁਰੂ ਇੱਕ ਆਮ ਜਿਹਾ ਬੰਦਾ। ਇਹ ਇੱਕ ਛੋਟੀ ਜੀ ਇੱਕ ਦਲੀਲ ਆ ਤੁਹਾਡੇ ਚਰਨਾਂ ਚ ਬੇਨਤੀ ਕੀਤੀ। ਤਾਂ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਹਨ ਵੀ ਜੋ ਵੀ ਤੁਹਾਡੇ ਮਨ ਦੀ ਇੱਛਾ ਹੈ
ਉਹ ਤੁਸੀਂ ਆਪਣੀ ਜ਼ਰੂਰ ਦੱਸਣਾ ਕਰੋ। ਏਡੀ ਦੂਰੋਂ ਤੁਸੀਂ ਚੱਲ ਕੇ ਆਏ ਹੋ। ਦਾਨ ਸਹੋਦਰ ਤਬ ਕਰ ਜੋਰੇ, ਪਰਮ ਪ੍ਰੇਮ ਕਰ ਬਿਨਤੀ ਭਾਖ। ਤਾਂ ਦੋਵੇਂ ਭਰਾਵਾਂ ਨੇ ਹੱਥ ਜੋੜ ਕੇ ਬਹੁਤੇ ਪ੍ਰੇਮ ਦੇ ਨਾਲ ਬੇਨਤੀ ਕੀਤੀ ਸ੍ਰੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ। ਦਰਸ਼ਨ ਤੇ ਕਾਰਜ ਭੇ ਪੂਰਨ, ਨਹੀਂ ਰਹੀ ਕਹਾਂ ਹੂੰ ਔਰ ਕਾਂਖ। ਕਹਿੰਦੇ ਸੱਚੇ ਪਾਤਸ਼ਾਹ, ਤੁਹਾਡੇ ਦਰਸ਼ਨਾਂ ਨੇ ਸਾਡੀ ਭੁੱਖ ਮਿਟਾ ਦਿੱਤੀ, ਸਾਡਾ ਹਿਰਦਾ ਸ਼ਾਂਤ ਕਰ ਦਿੱਤਾ। ਇਸ ਕਰਕੇ ਸਾਡੇ ਹਿਰਦੇ ਦੇ ਵਿੱਚ ਹੁਣ ਕੋਈ ਇੱਛਾ ਨਹੀਂ ਰਹਿ ਗਈ। ਐਸੀ ਕਿਰਪਾ ਤੁਸੀਂ ਸਾਡੇ ਉੱਪਰ ਕਰ ਦਿੱਤੀ ਹੈ ਗਰੀਬ ਨਵਾਜ। ਅਪਨੋ ਸਿਦਕ ਸਦਾ ਉਰ ਦੇਵਹੁ, ਜਗਤ ਕੋ ਬੰਧਨ ਸਰਬ ਮਿਟਾਏ। ਤੇ ਜੇ ਦੇਣਾ ਹੈ ਤਾਂ ਸਾਨੂੰ ਕਿਰਪਾ ਕਰਕੇ ਆਪਣਾ ਸਿਦਕ ਦਿਓ, ਭਰੋਸਾ ਦਿਓ, ਵਿਸ਼ਵਾਸ ਦਿਓ, ਯਕੀਨ ਦਿਓ। ਗੁਰਬਾਣੀ ਕਹਿੰਦੀ ਹੈ ਵੀ ਜੇ ਰੱਬ ਮਿਲ ਵੀ ਪਵੇ, ਜੇ ਗੁਰੂ ਮਿਲ ਵੀ ਪਵੇ, ਜੇ ਯਕੀਨ ਨਹੀਂ, ਭਰੋਸਾ ਨਹੀਂ, ਜੇ ਕੋਈ ਮਹਾਤਮਾ ਮਿਲ ਵੀ ਪਵੇ, ਅਵਲ ਤਾਂ ਮਿਲਦਾ ਨਹੀਂ, ਜੇ ਮਿਲ ਪਵੇ ਤੇ ਜੇ ਉੱਤੇ ਯਕੀਨ ਨਾ ਹੋਵੇ ਤਾਂ ਵੀ ਕੁਝ ਨਹੀਂ ਖੱਟਦਾ ਬੰਦਾ ਸਾਰੀ ਉਮਰ, ਜੇ ਉੱਤੇ ਸ਼ਰਧਾ ਨਾ ਹੋਵੇ। ਸ਼ਰਧਾ ਜਿਹੜੀ ਹੈ ਇਹ ਨਾਮ ਦੇ ਬੂਟੇ ਨੂੰ ਫਲ ਲਾਉਂਦੀ ਹੈ, ਉੱਦਾਂ ਵਿਸ਼ਵਾਸ ਤੋਂ ਬਿਨਾਂ ਇਹਨੂੰ ਫਲ ਨਹੀਂ ਲੱਗਦਾ ਹੈ। ਨਾਮ ਜਪਣ ਵਾਲੇ ਲਿਖਦੇ ਨੇ ਮਹਾਂਪੁਰਖ ਜਾਂ ਸੰਤ ਸਾਧੂ ਬਾਬਾ ਜੀ ਜਾਂ ਮਹਾਂਪੁਰਖ ਦੱਸਦੇ ਨੇ ਸਾਰੇ, ਕਿਤੇ ਕਿਤੇ ਸੁਣਨ ਵਿੱਚ ਕਈ ਵਾਰੀ ਚੰਗੀ ਗੱਲ ਕਰਦਿਆਂ ਤੁਰ ਪੈਂਦੀ ਹੁੰਦੀ ਆਪਸ ਵਿੱਚ ਜਦੋਂ ਬੈਠੇ ਹੁੰਦੇ ਸਾਰੇ। ਤਾਂ ਇੱਕ ਦਿਨ ਗੱਲ ਤੁਰ ਪਈ ਵੀ ਨਾਮ ਕੀ ਕਰਦਾ ਵਾ। ਕਹਿੰਦੇ ਪਹਿਲਾਂ ਜਦੋਂ ਨਾਮ ਜਪੀਦਾ ਹੈ ਇਹ ਪਹਿਲਾਂ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਦਾ ਵਾ, ਬਈ ਤੁਹਾਡੇ ਮਨ ਦੇ ਸੰਕਲਪ ਕੀ ਆ ਉਹ ਵੀ ਜਿੰਨੇ ਲੋੜਵੰਦ। ਤੇ ਫਿਰ ਉਹਦੇ ਬਾਅਦ ਇਹ ਫਿਰ ਤੁਹਾਡਾ ਹਿਰਦਾ ਸ਼ੁੱਧ ਕਰਦਾ ਵਾ, ਹਿਰਦਾ ਸ਼ੁੱਧ ਕਰਕੇ ਫਿਰ ਇਹ ਸੁਰਤੀ ਬਿਰਤੀ ਨੂੰ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੈ ਕਰ ਦਿੰਦਾ, ਮਿਲਾ ਦਿੰਦਾ। ਤਾਂ ਇਹ ਤਿੰਨ ਸਟੇਜਾਂ ਵਾ। ਹੁਣ ਕਈ ਮੇਰੇ ਵਰਗੇ ਤਾਂ ਪਹਿਲੀ ਸਟੇਜ ਤੇ ਵੀ ਨਹੀਂ ਆਉਂਦੇ, ਨਾਮ ਜਪਦੇ ਹੀ ਨਹੀਂ ਹਨ। ਜਿਹੜੇ ਜਪਦੇ ਨੇ ਗੁਰਮੁਖ ਪਿਆਰੇ, ਉਹਨਾਂ ਦੀਆਂ ਇੱਛਾਵਾਂ ਕਈ ਹੁੰਦੀਆਂ, ਫਿਰ ਉਹ ਮਹਾਰਾਜ ਪੂਰੀਆਂ ਕਰਦਾ ਹੈ ਜਿੰਨੀ ਲੋੜ ਹੈ, ਲੋਭ ਨਹੀਂ ਕਿਸੇ ਦਾ ਪੂਰਾ ਕਰਦਾ। ਤੇ ਫਿਰ ਹੌਲੀ ਹੌਲੀ ਹਿਰਦਾ ਜਿਹੜਾ ਹੈ ਉਹ ਸ਼ੁੱਧ ਕਰਨਾ ਸ਼ੁਰੂ ਕਰ ਦਿੰਦਾ। ਤਾਂ ਇਸ ਕਰਕੇ ਸਾਧ ਸੰਗਤ ਜੀ, ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਸਿਦਕ ਮੰਗਣਾ ਚਾਹੀਦਾ ਹੈ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਇੱਥੇ ਗਿਣਿਆ ਕਿ ਨਾ ਭਰੋਸਾ। ਤਾਂ ਮਹਾਰਾਜ ਜੀ ਤਾਂ ਬਾਣੀ ਚ ਕਹਿੰਦੇ ਵੀ ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਪਰ ਜੇ ਯਕੀਨ ਨਾ ਹੋਵੇ, ਸ਼ਰਧਾ ਨਾ ਹੋਵੇ, ਫਿਰ ਇਹੋ ਜਿਹਾ ਮਹਾਤਮਾ ਵੀ ਨਿਹਾਲ ਨਹੀਂ ਕਰ ਸਕਦਾ, ਗੁਰੂ ਵੀ ਨਿਹਾਲ ਨਹੀਂ ਕਿਸੇ ਨੂੰ ਕਰ ਸਕਦਾ।
ਜਿਵੇਂ ਧਾਰਮਿਕ ਗ੍ਰੰਥਾਂ ਦੇ ਵਿੱਚ ਯਕੀਨ ਦੀ ਗੱਲ ਇੱਧਰ ਕਹਿੰਦੇ, ਆਪਣਾ ਜਿਹੜਾ ਯੂਰਪ ਦਾ ਏਰੀਆ ਨਾ ਸਾਰਾ, ਯੂਰਪ ਦੇ ਦੇਸ਼, ਇੱਥੇ ਇੱਕ ਬੱਚੀ ਹੋਈ ਹੈ, ਉਹਦਾ ਜ਼ਿਕਰ ਡਾਕਟਰ ਸਾਹਿਬ ਨੇ ਕੀਤਾ ਵੀ ਉਹ 12 ਸਾਲ ਦੀ ਉਮਰ ਦੇ ਵਿੱਚ ਉਹਦੀਆਂ ਅੱਖਾਂ ਦੀ ਰੌਸ਼ਨੀ ਚਲੇ ਗਈ ਸੀ, ਤੇ ਫਿਰ ਸਰੀਰ ਵੀ ਸਾਥ ਛੱਡ ਗਿਆ, ਮੈਨੇ ਸਰੀਰ ਨੂੰ ਵੀ ਅਧਰੰਗ ਹੋ ਗਿਆ ਸੀ। ਉਹਨੇ ਇੱਕ ਈਸਾਈ ਸੰਤ ਅੱਗੇ ਅਰਦਾਸ ਕੀਤੀ ਸੀ। ਹੁਣ ਤੁਹਾਨੂੰ ਪਤਾ ਵੀ ਬੱਚਿਆਂ ਦਾ ਹਿਰਦਾ ਪਵਿੱਤਰ ਹੁੰਦਾ, ਸਾਫ਼ ਹੁੰਦਾ। ਜਿਵੇਂ ਕਿਸੇ ਦੇ, ਜੇ ਕਿਸੇ ਦੇ ਕੋਈ ਪਰਿਵਾਰ ਚ ਅੱਗੇ ਔਲਾਦ ਨਾ ਹੋਵੇ, ਬੱਚਾ ਨਾ ਹੋਵੇ, ਜਾਂ ਮੰਨ ਲਓ ਬੱਚੀ ਆ ਘਰ ਚ, ਤੇ ਕਈ ਵਾਰੀ ਬੰਦੇ ਦੇ ਮਨ ਚ ਆਉਂਦੀ ਵੀ ਹੁਣ ਮਹਾਰਾਜ ਤੂੰ ਬੱਚੀ ਦਿੱਤੀ ਹੈ, ਹੁਣ ਗਾ ਲੜਕਾ ਦੇ ਦੇ, ਤਾਂ ਉਹ ਫਿਰ ਸਿਆਣੇ ਗੁਰਮੁਖ ਕਹਿੰਦੇ ਵੀ ਇਹ ਜਿਹੜੀ ਬੱਚੀ ਆ ਨਾ, ਇਹਨੂੰ ਖੁਸ਼ ਰੱਖ, ਇਹਦੀ ਸੇਵਾ ਕਰ, ਤੇ ਇਹਨੂੰ ਲੈ ਕੇ ਜਾ ਅਰਦਾਸ ਕਰਾਏ ਤੋਂ ਮਹਾਰਾਜ ਅੱਗੇ, ਗੁਰੂ ਗ੍ਰੰਥ ਸਾਹਿਬ ਅੱਗੇ ਖਲੋ ਕੇ ਵੀ ਮੈਨੂੰ ਮਹਾਰਾਜ ਵੀਰ ਦੇ ਦੇ। ਤੇ ਸੱਚੀ ਗੱਲ ਤੁਹਾਨੂੰ ਦੱਸਦਾ ਵੀ 90% ਇਹ ਗੱਲ ਠੀਕ ਸਿੱਧ ਹੁੰਦੀ, ਕਿਉਂ ਬੱਚੇ ਦਾ ਹਿਰਦਾ ਬੜਾ ਸਾਫ਼ ਹੁੰਦਾ। ਭਾਵੇਂ ਕਿ 12 ਸਾਲ ਵਾਲੇ ਨੂੰ ਆਪਾਂ ਬੱਚਾ ਨਹੀਂ ਕਹਿੰਦੇ, ਪਰ ਫਿਰ ਵੀ 12 ਸਾਲ ਵਾਲੇ ਅੱਜ ਕੱਲ੍ਹ ਵਾਂਗ ਨਹੀਂ ਵੀ ਜੰਮਦਿਆਂ ਦੇ ਹੱਥ 'ਚ ਤੁਸੀਂ ਟੈਬ ਦੇ ਤੇ, ਉਹਨਾਂ ਨੂੰ ਦੁਨੀਆਂ ਦਾ ਨਹੀਂ ਸੀ ਪਤਾ, ਸੰਸਾਰ ਦੇ ਵਿਕਾਰਾਂ ਦਾ ਨਹੀਂ ਸੀ ਪਤਾ, ਹਿਰਦੇ ਸਾਫ਼ ਸੀ, ਪਵਿੱਤਰ ਸੀ। ਤਾਂ ਉਹਨੇ ਅਰਦਾਸ ਕੀਤੀ, ਫਿਰ ਰੋ ਕੇ ਈਸਾਈ ਸੰਤ ਅੱਗੇ, ਤੇ ਉਹਦੀ ਨਿਗਾਹ ਵਾਪਸ ਆ ਗਈ ਸੀ। ਇੱਥੋਂ ਤੱਕ ਉਹਦਾ ਸਰੀਰ ਵੀ ਨਰੋਆ ਹੋਇਆ ਸੀ, ਇਹ ਮੁਆਵਜ਼ਾ ਹੋਇਆ, ਇਹਨੂੰ ਆਪਾਂ ਕੀ ਕਹਿ ਸਕਦੇ, ਕ੍ਰਿਸ਼ਮਾ ਕਹਿ ਲਈਏ, ਮੁਆਵਜ਼ਾ ਹੋਇਆ ਉੱਥੇ। ਪਰ ਫਿਰ ਉਹਦੇ ਉੱਤੇ ਐਸੀ ਕੋਈ ਬਖਸ਼ਿਸ਼ ਹੋਈ ਵੀ ਜਦੋਂ ਸ਼ੁੱਕਰਵਾਰ ਦਾ ਦਿਨ ਆਉਣਾ, ਉਹਦੇ ਹੱਥਾਂ ਪੈਰਾਂ ਵਿੱਚੋਂ ਲਹੂ ਨਿਕਲਦਾ ਸੀ ਜਿੱਥੇ ਈਸਾ ਮਸੀਹ ਜੀ ਦੇ ਕਿੱਲ ਠੋਕੇ ਹੋਏ। ਇਹ ਅੱਤ ਦਰਜੇ ਦੀ ਸ਼ਰਧਾ ਵਾ, ਜਿੱਥੇ ਜਾ ਕੇ ਦਵੈਤ ਏਕ ਰੂਪ ਹੋਵੇ ਗਏ, ਜਿੱਥੇ ਦੋਵਾਂ ਤੋਂ ਇੱਕ ਰੂਪ ਹੋ ਜਾਂਦਾ ਵਾ। ਇਹਨੂੰ ਮਹਾਰਾਜ ਜੀ ਵੈਸੇ ਧਿਆਨ ਦੀ ਅਵਸਥਾ ਵੀ ਕਹਿ ਦਿੰਦੇ ਬਾਣੀ ਵਿੱਚ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਇਹੋ ਜਿਹਾ ਗੁਰੂ ਧਾਰਨ ਕਰ, ਦੁਬਾਰਾ ਧਾਰਨ ਨਾ ਕਰਨਾ ਪਵੇ। ਸੋ ਪਦ ਰਵੋ ਜੇ ਬਹੁਰ ਨਾ ਰਵਨਾ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਇਹ ਧਿਆਨ ਦੀ ਅਵਸਥਾ ਹੈ। ਤੇ ਅਗਲੀ ਗੱਲ ਤੇ ਤੁਸੀਂ ਜਾਣਦੇ ਹੋ, ਐਸੇ ਮਰੋ ਜੇ ਬਹੁਰ ਨਾ ਮਰਨਾ, ਮਰਨਾ ਤੇ ਹੈ ਹੀ ਆ, ਪਰ ਏਦਾਂ ਮਰ ਕੇ ਜਾ ਵੀ ਦੁਬਾਰਾ ਜੰਮ ਜੰਮ ਕੇ ਤੈਨੂੰ ਮਰਨਾ ਨਾ ਪਵੇ। ਬਾਣੀ ਪੜ੍ਹ ਕੇ ਸਰੀਰ ਤਿਆਗ, ਅੰਮ੍ਰਿਤ ਛਕਿਆ ਹੋਵੇ, ਬਾਣੀ ਪੜ੍ਹਦਾ ਹੋਵੇ, ਨਿਤਨੇਮ ਕਰਦਾ ਹੋਵੇ, ਕੀਰਤਨ ਕਰਦਾ ਹੋਵੇ, ਸੇਵਾ ਕਰਦਾ ਹੋਵੇ, ਜਾਂ ਫਿਰ ਜਿਉਂਦੇ ਜੀ ਮਨ ਨੂੰ ਮਾਰਿਆ ਹੋਵੇ, ਐਸੀ ਬਹੁਤ ਮਰੇ, ਤਾਂ ਇਹਨੂੰ ਅੱਤ ਵਿਸ਼ਵਾਸ ਕਿਹਾ ਜਾਂਦਾ। ਮਹਾਰਾਜ ਕਹਿੰਦੇ ਵਿਸ਼ਵਾਸ ਤੋਂ ਬਿਨਾਂ ਗੱਲ ਨਹੀਂ ਚੱਲਦੀ। ਵਿਸ਼ਵਾਸ ਕਿੱਦਾਂ ਦਾ ਕਰਨਾ ਹੈ? ਮਹਾਰਾਜ ਜੀ ਕਹਿੰਦੇ ਕਰਨੇ ਹਾਰ ਨਾ ਭੁੱਲਣ ਹਾਰਾ, ਜਿਹੜਾ ਰੱਬ ਆ ਉਹ ਗਲਤੀ ਨਹੀਂ ਕਰਦਾ।
ਵਿਸ਼ਵਾਸ ਕਿੱਦਾਂ ਦਾ ਕਰਨਾ ਮਹਾਰਾਜ? ਕਹਿੰਦੇ ਵਿਸ਼ਵਾਸ ਤੋਂ ਬਿਨਾਂ ਤੇ ਗੱਲ ਚੱਲਦੀ ਨਹੀਂ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ। ਸੁਖਮਣੀ ਸਾਹਿਬ ਤੁਸੀਂ ਪੜ੍ਹਦੇ ਹੋ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਹੁਣ ਇਹ ਸਾਰੀਆਂ ਗੱਲਾਂ ਸਿਦਕ ਦੀਆਂ ਵਾ, ਭਰੋਸੇ ਦੀਆਂ। ਸਿੱਖ ਨੂੰ ਕਿੱਦਾਂ ਦਾ ਗੁਰੂ ਤੇ ਯਕੀਨ ਕਰਨਾ ਚਾਹੀਦਾ? ਸਿਦਕ ਰੱਖਣ ਵਾਲਾ ਤੇ ਬੰਦਾ ਪ੍ਰਚਾਰਕਾਂ ਤੋਂ, ਕਥਾਵਾਚਕਾਂ ਤੋਂ, ਵਿਦਵਾਨਾਂ ਤੋਂ ਤੇ ਕਈ ਵਾਰੀ ਜਿਹੜੇ ਗੱਦੀ ਤੇ ਬੈਠੇ ਹੁੰਦੇ ਉਹਨਾਂ ਤੋਂ ਵੀ ਅੱਗੇ ਲੰਘ ਜਾਂਦਾ ਸਿਦਕ ਰੱਖਣ ਵਾਲਾ ਪੁਰਸ਼। ਸਤਿਗੁਰੂ ਜੀ ਨੇ ਕਿੰਨੀਆਂ ਮੰਜੀਆਂ ਬਣਾਈਆਂ ਸੀ, 22 ਮੰਜੀਆਂ ਬਣਾਈਆਂ ਸੀ ਨਾ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ, ਤੇ ਕਿੰਨੇ ਪੀੜੇ ਦਿੱਤੇ ਸੀ ਬੀਬੀਆਂ ਨੂੰ, 72 ਪੀੜੇ, 72 ਬੀਬੀਆਂ ਪ੍ਰਚਾਰਕ ਸੀ ਤੇ 22 ਸਿੱਖ ਪ੍ਰਚਾਰਕ ਸੀ ਮਹਾਰਾਜ ਦੇ। ਸਮਾਂ ਚੱਲਦਾ ਗਿਆ, ਇੱਕ ਜਿਹੜਾ ਮੰਜੀਦਾਰ ਸੀ ਨਾ, ਮੰਜੀਦਾਰ ਦੀ ਗੱਲ ਕਰਦਾ, ਆਮ ਬੰਦੇ ਦੀ ਗੱਲ ਨਹੀਂ ਕਰਦਾ, ਜਿਹੜਾ ਮੰਜੀਦਾਰ ਸੀ ਉਹ ਆਪਣੇ ਲੜਕੇ ਨਾਲ ਗੱਲ ਕਰਦਾ ਪਿਆ ਸੀ ਵੀ ਆਹ ਕੰਮ ਮਹਾਰਾਜ ਨੇ ਨਾ ਅਨੁਕੂਲ ਨਹੀਂ ਕੀਤਾ, ਗਲਤ ਕਰਤਾ। ਉੱਥੇ ਇੱਕ ਗਰੀਬ ਸਿੱਖ ਚੱਕੀ ਪੀਂਦਾ ਪਿਆ ਸੀ, ਨਾਮ ਜਪਣ ਵਾਲਾ, ਉਹਨਾਂ ਦੇ ਘਰ ਚੱਕੀ ਪੀਂਦਾ ਸੀ, ਉਹਨਾਂ ਦਾ ਨੌਕਰ ਸੀ। ਉਹ ਦੋਵਾਂ ਦੀਆਂ ਪਿਓ ਪੁੱਤਾਂ ਦੀਆਂ ਮੰਜੀਦਾਰ ਦੀਆਂ ਗੱਲਾਂ ਆਪਦੇ ਲੜਕੇ ਨਾਲ ਸੁਣ ਕੇ ਉਹ ਕਹਿੰਦਾ, ਕਿਉਂ ਇੱਦਾਂ ਦੀਆਂ ਗੱਲਾਂ ਕਰਦੇ ਹੋ? ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਹੁਣ ਜਦੋਂ ਨੌਕਰ ਬੰਦਾ ਜਿਹਦੀ ਸਾਡੀ ਨਿਗਾਹ 'ਚ ਔਕਾਤ ਹੀ ਕੋਈ ਨਹੀਂ, ਜਿਹੜਾ ਸਾਡੇ ਘਰੋਂ ਰੋਟੀ ਖਾਵੇ ਤੇ ਉਹ ਮਾਲਕ ਅੱਗੇ ਬੋਲੇ ਤੇ ਭਾਵੇਂ ਸੱਚ ਹੀ ਬੋਲੇ, ਉਹਦੇ ਸਿਣ ਕੱਪੜੀ ਅੱਗ ਲੱਗ ਗਈ ਉਹਨਾਂ। ਮੰਜੀਦਾਰ ਦਾ ਲੜਕਾ ਕਹਿਣ ਲੱਗਾ ਕਿ ਚੁੱਪ ਕਰਕੇ ਆਪਦੀ ਚੱਕੀ ਪੀ ਜਾ, ਤੈਨੂੰ ਬੋਲਣ ਨੂੰ ਕਿਸੇ ਨੇ ਵਿੱਚ ਨਹੀਂ ਕਿਹਾ, ਜਾ ਚੁੱਪ ਕਰ ਜਾ। ਉਹ ਕਹਿਣ ਲੱਗਾ ਵੀ ਤੁਹਾਨੂੰ ਗੁਰੂ ਨੇ ਥਾਪਿਆ, ਗੁਰੂ ਨੇ ਬਣਾਇਆ, ਗੁਰੂ ਨੇ ਮੰਜੀਆਂ ਦਿੱਤੀਆਂ ਤੇ ਗੁਰੂ ਦੇ ਹੀ ਉਲਟ ਬੋਲਣਾ ਵੀ ਗੁਰੂ ਆਹ ਕੰਮ ਠੀਕ ਨਹੀਂ ਕਰਦਾ। ਅੱਜ ਵੀ ਸਿੱਖ ਹੈਗੇ ਨਾ ਮਹਾਰਾਜ ਨੇ ਆਹ ਕਿਉਂ ਕੀਤਾ, ਆਹ ਕਿਉਂ ਕੀਤਾ। ਇਸ ਕਰਕੇ ਤੁਹਾਨੂੰ, ਤੁਸੀਂ ਕਿਉਂ ਕਾਫਰ ਬਣ ਗਏ ਹੋ? ਕਾਫਰ ਅਖੀਰ ਉਹਦੇ ਮੂੰਹ ਇੱਕ ਸ਼ਬਦ ਨਿਕਲ ਗਿਆ ਵੀ ਤੁਹਾਨੂੰ ਅਫਰੇਵਾ ਹੋ ਗਿਆ, ਹੰਕਾਰ ਦਾ ਅਫਰੇਵਾ ਹੋ ਗਿਆ, ਅਫਰ ਗਏ ਤੁਸੀਂ। ਤੇ ਉਹ ਸੱਚੀ ਮੁੱਚੀ ਥੋੜੇ ਦਿਨਾਂ ਚ ਉਹ ਦੋਵਾਂ ਪਿਓ ਪੁੱਤਾਂ ਨੂੰ ਅਫਰੇਵਾ ਹੋਇਆ ਸੀ। ਬਾਣੀ ਕਹਿੰਦੀ ਹੈ ਵੀ ਨਾਮ ਜਪਣ ਵਾਲੇ ਦੇ ਵਿੱਚ ਬੜੀ ਤਾਕਤ ਆ, ਨਾਮ ਵਿੱਚ ਬੜੀ ਤਾਕਤ ਆ। ਸੰਤ ਮਹਾਰਾਜ ਸੰਤ ਬਾਬਾ ਵਿਸਾਖਾ ਸਿੰਘ ਜੀ ਹੋਏ ਨਾ, ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਵੀ ਰਹੇ, ਗਦਰੀ ਬਾਬੇ ਦਦੇਰ ਸਾਹਿਬ ਵਾਲੇ, ਉਹਨਾਂ ਨੂੰ ਨਾਲ ਦੇ ਸਿੱਧਾਂ ਨੇ ਬਾਬਾ ਗੁਰਦਿੱਤ ਸਿੰਘ ਜੀ ਆਦਿਕ ਸਿੱਖਾਂ ਦੇ ਸਹਿਜਧਾਰੀ ਸਿੱਖਾਂ, ਇੱਕ ਵਾਰੀ ਪੁੱਛਿਆ ਮਹਾਰਾਜ ਵੀ ਚੌਂਕੜਾ ਮਾਰ ਕੇ ਬੈਠੇ ਹੀ ਰਹਿੰਦੇ, ਬੈਠੇ ਹੀ ਰਹਿੰਦੇ ਜਿੱਦਾਂ ਕਿਸੇ ਨਸ਼ੇ 'ਚ ਹੋ।
ਇਹ ਨਾਮ ਦੇ ਵਿੱਚ ਕੀ ਆ। ਉਹਨਾਂ ਨੇ ਇੱਕ ਸ਼ਬਦ ਪੜਿਆ ਸੀ, ਕਹਿਣ ਲੱਗੇ ਮੇਰੇ ਪਿਆਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨਾਮ ਚ ਸੁਣ ਕੀ ਆ, ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁੱਖ, ਨਾਮ ਚ ਵੇਖੀ ਕੀ ਆ। ਹੁਣ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ। ਰਹਾਓ ਤੋਂ ਬਾਅਦ ਫਰਮਾਉਂਦੇ ਇੱਕ ਇੱਕ ਚੀਜ਼ ਨੋਟ ਕਰਿਓ, ਕੋਟ ਜਨਮ ਕੇ ਕਿਲਬਿਖ ਨਾਸੈ ਸਿਮਰਤ ਪਾਵਨ ਤਨ ਮਨ ਸੁਖ, ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ। ਆ ਗਿਣਿਓ ਜੀ ਸਾਰੇ ਜਾਣੇ, ਚਾਰ ਪਦਾਰਥ ਅਸ਼ਟ ਮਹਾ ਸਿੱਧ ਪਾਰ ਜਾਤ ਕਾਮ ਧੇਨ ਹਰ ਹਰ ਰੁੱਖ, ਨਾਨਕ ਸਰਨ ਗਹੀ ਸੁਖ ਸਾਖਰ ਜਨਮ ਮਰਨ ਫਿਰ ਗਰਭ ਨਾ ਤੁਖ। ਇੰਨੀਆਂ ਚੀਜ਼ਾਂ ਨਾਮ ਦੇ ਵਿੱਚ ਹੋਣ ਤੇ ਮੈਂ ਕਿੱਦਾਂ ਛੱਡ ਦਾਂ, ਤੇ ਜਦੋਂ ਕੁਰਬਾਨੀ ਕਰਨੀ ਪਈ ਨਾ, ਜਦੋਂ ਮਰਨਾ ਪਿਆ ਉਦੋਂ ਮੈਨੂੰ ਦੱਸਿਓ। ਸੰਤ ਵਿਸਾਖਾ ਸਿੰਘ ਜੀ, ਜਦੋਂ ਮਰਨਾ ਪਿਆ ਕੁਰਬਾਨੀ ਕਰਨੀ ਪਈ ਫਾਂਸੀ ਚੜ੍ਹਨਾ ਪੈ ਜੇ ਉਦੋਂ ਮੈਨੂੰ ਦੱਸ ਦਿਓ, ਉਨਾ ਚਿਰ ਮੈਨੂੰ ਨਾਮ ਦਾ ਆਨੰਦ ਲੈਣ ਦਿਓ, ਜਦੋਂ ਸਿਰ ਦੇਣਾ ਪਿਆ ਉਦੋਂ ਮੈਨੂੰ ਆਵਾਜ਼ ਮਾਰੇ। ਐਸੇ ਮਹਾਂਪੁਰਖ ਉਹਦੀ ਜ਼ਬਾਨ ਤੋਂ ਬਚਨ ਨਿਕਲੇ, ਉਸ ਮਹਾਂਪੁਰਖਾਂ ਦੀ ਜ਼ਬਾਨ ਤੋਂ ਜਦੋਂ ਬਚਨ ਨਿਕਲੇ ਤੇ ਅਫਰੇਵਾ ਹੋ ਗਿਆ ਜੀ ਦੋਵਾਂ ਨੂੰ। ਇੱਕ ਗਰੀਬ ਸਿੱਖ ਦਾ ਕਿੱਡਾ ਵਿਸ਼ਵਾਸ ਆ ਗੁਰੂ ਤੇ ਚੱਕੀ ਪੀਣ ਵਾਲੇ। ਦੂਸਰੇ ਬੰਨੇ ਜਿਹੜੇ ਮੰਜੀਦਾਰ ਮਹਾਂਪੁਰਖ ਨੇ ਉਹ ਕਹਿੰਦੇ ਮਹਾਰਾਜ ਨੇ ਆਹ ਕੰਮ ਗਲਤ ਕਰਤਾ, ਆ ਨਹੀਂ ਸੀ ਕਰਨਾ ਚਾਹੀਦਾ, ਜਿਹੜੇ ਮੰਜੀਦਾਰ ਨੇ। ਤੇ ਫਿਰ ਜਦੋਂ ਉਹ ਅਫਰੇਵਾਂ ਬੜਾ ਇਲਾਜ ਕਰਾਇਆ ਠੀਕ ਨਾ ਹੋਇਆ, ਮਰਨ ਕਿਨਾਰੇ ਚਲੇ ਗਏ ਦੋਵੇਂ ਪਿਓ ਪੁੱਤ, ਸਤਿਗੁਰੂ ਜੀ ਵੀ ਫਿਰ ਮਿਲਣ ਆਏ, ਕਹਿੰਦੇ ਮਹਾਰਾਜ ਹੁਣ ਤਾਂ ਤਿਆਰੀ ਆ, ਬਸ ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਕਿਰਪਾ ਕਰਕੇ ਬਖਸ਼ ਲਓ ਪਿਛਲੇ ਔਗਣ ਬਖਸ਼ ਲਏ ਪ੍ਰਭ, ਹੇ ਮਹਾਰਾਜ ਬਖਸ਼ ਲਓ ਜੇ ਕੋਈ ਗਲਤੀ ਹੋ ਗਈ। ਮਹਾਰਾਜ ਕਹਿੰਦੇ ਨਹੀਂ ਤੁਸੀਂ ਮਰਨ ਨਹੀਂ ਲੱਗੇ ਅਜੇ, ਅਜੇ ਬੜੀ ਉਮਰ ਭੋਗਣੀ ਤੁਸੀਂ ਦੋਵਾਂ, ਪਰ ਅਸੀਂ ਤੁਹਾਨੂੰ ਇੱਕ ਗੱਲ ਕਹਿੰਦੇ ਵੀ ਅਸੀਂ ਬਖਸ਼ ਨਹੀਂ ਸਕਦੇ, ਜਿਹੜੇ ਸਿੱਖ ਦਾ ਨਰਾਦਰ ਕੀਤਾ ਨਾ ਤੁਸੀਂ ਉਹ ਬਖਸ਼ ਸਕਦਾ, ਤੇ ਤੁਸੀਂ ਉਹ ਤੋਂ ਮਾਫੀ ਮੰਗੋ ਦੋਵੇਂ। ਹੁਣ ਮੈਨੂੰ ਦੱਸੋ ਵੀ ਇੱਕ ਡੇਰੇ ਦਾ ਮਹੰਤ ਹੋਵੇ, ਇੱਕ ਜਹੇਦਾਰ ਹੋਵੇ ਤੇ ਇੱਕ ਗਰੀਬ ਸਿੱਖ ਚੱਕੀ ਪੀਣ ਵਾਲਾ ਹੋਵੇ, ਝਾੜੂ ਦੇਣ ਵਾਲਾ ਹੋਵੇ, ਉਹਦੇ ਤੋਂ ਮਾਫੀ ਮੰਗਦਿਆਂ ਜਿਹੜੀ ਹਉਮੈ ਅੰਦਰ ਬੈਠੀ ਉਹ ਮੰਗਣ ਦਿੰਦੀ, ਉਹ ਕਹਿੰਦੀ ਨਾ, ਦਿਮਾਗ ਖਰਾਬ ਹੋ ਗਿਆ ਤੇਰੀ ਜਿਹੜੀ ਹਉਮੈ ਬੈਠੀ ਵਿੱਚ, ਉਹ ਕਹਿੰਦੀ ਨਾ ਆਪਾਂ ਤਾਂ ਨੀ ਮੰਗਣੀ ਨਾ, ਉਹ ਤੇ ਲੜਦੀ ਆ ਫਿਰ ਸਾੜ ਪੈਂਦਾ ਛਾਤੀ ਚ, ਉਹ ਚੁੱਕਣੀ ਨੀ ਦਿੰਦੀ। ਤਾਂ ਕਹਿੰਦੇ ਮਹਾਰਾਜ ਜੀ ਵੀ ਇਹ ਤੋਂ ਮਾਫੀ, ਇਹਦੀ ਔਕਾਤ ਕੀ ਆ ਸਾਡੇ ਅੱਗੇ, ਇਹ ਤੋਂ ਮਾਫੀ। ਜਿਹੜਾ ਚੱਕੀ ਪੀਂਦਾ ਮਹਾਰਾਜ ਕਹਿੰਦੇ ਚੱਕੀ ਇਹਦੀ ਕਾਰ ਆ, ਹਰ ਬੰਦੇ ਦੀ ਦੁਨੀਆਂ ਚ ਕੋਈ ਕਾਰ ਹੁੰਦੀ ਆ, ਤੇ ਕਾਰ ਕਰਕੇ ਕਿਸੇ ਨੂੰ ਮਾੜਾ ਨਹੀਂ ਗਿਣੀਦਾ, ਪਰ ਜਿਹੜਾ ਜ਼ਬਾਨ ਨਾਲ ਨਾਮ ਦਾ ਪੀਣ ਪੀਂਦਾ ਉਹ ਕੀ ਆ।
ਕਾਰ ਤੇ ਕਿਸੇ ਦੀ ਹੋ ਸਕਦੀ, ਕੋਈ ਝਾੜੂ ਦਿੰਦਾ, ਕੋਈ ਸਫਾਈ ਕਰਦਾ, ਕੋਈ ਜੁੱਤੀਆਂ ਬਣਾਉਂਦਾ, ਕੋਈ ਲੱਕੜ ਦਾ ਕੰਮ ਕਰਦਾ, ਕੋਈ ਕੁਝ ਕਰਦਾ, ਕਾਰ ਤੇ ਕਾਰ ਹੀ ਆ। ਕਾਰ ਵੇਖ ਕੇ ਇਹਦੀ ਨਿੰਦਿਆ ਨਾ ਕਰ, ਤਾਂ ਫਿਰ ਮਾਫੀ ਮੰਗੀ ਤੇ ਵੱਲ ਹੋਏ ਜੀ। ਉਹ ਗਰੀਬ ਸਿੱਖ ਦਾ ਏਡਾ ਭਰੋਸਾ ਸੀ ਗਰੀਬ ਨਿਵਾਜ ਤੇ, ਇਹ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਤਾਂ ਹੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਐਸਾ ਸਿਦਕ ਦਿਓ, ਐਸਾ ਭਰੋਸਾ ਦਿਓ ਗਰੀਬ ਨਿਵਾਜ ਜੀ। ਚਰਨ ਆਪ ਕੇ ਮਨ ਮਹਿ ਬਸ ਹੈ, ਨਿਸ ਦਿਨ ਸਿਮਰ ਹੈ ਹਰ ਗੁਣ ਗਾਏ। ਤੇ ਆਪ ਜੀ ਦੇ ਚਰਨ ਹਿਰਦੇ ਚ ਵਸਣ, ਰਾਤ ਦਿਨ ਬਤੀਤ ਹੋਵੇ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਂਦਿਆਂ। ਸੁਨਤ ਸਤਿਗੁਰੂ ਕਹਿਓ ਤਥਾ ਸਤ, ਬਰਕੋ ਪਾਈ ਰਹੇ ਹਰ ਖਾਏ। ਸੁਣ ਕੇ ਸਤਿਗੁਰੂ ਜੀ ਨੇ ਤਥਾ ਸਤ ਵੀ ਇਵੇਂ ਹੀ ਹੋਊਗਾ ਜਿੱਦਾਂ ਤੁਸੀਂ ਕਹਿੰਦੇ ਹੋ, ਤਥਾ ਸਤੂ ਇੱਦਾਂ ਹੀ ਹੋਊਗਾ। ਤੇ ਵਰ ਨੂੰ ਪਾ ਕੇ ਦੋਵੇਂ ਪੰਡਿਤ ਭਰਾ ਬੜੇ ਪ੍ਰਸੰਨ ਹੋਏ ਸਨ। ਕੇਤਕ ਦਿਨ ਬਸ ਕਰ ਅੰਮ੍ਰਿਤ ਸਰ, ਹੋਏ ਪੁਨ ਵਿਦਾ ਗਏ ਨਿਜ ਥਾਈ। ਕੁਝ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੋਵਾਂ ਨੇ ਨਿਵਾਸ ਰੱਖਿਆ, ਦਰਸ਼ਨ ਦਿਦਾਰੇ ਕਰਕੇ ਪ੍ਰਸੰਨ ਹੋ ਕੇ ਸਤਿਗੁਰੂ ਜੀ ਦੀ ਆਗਿਆ ਲੈ ਕੇ ਵਾਪਸ ਫਿਰ ਕਾਂਸ਼ੀ ਦੇ ਵਿੱਚ ਹੀ ਇਹ ਦੋਵੇਂ ਭਾਈ ਚਲੇ ਗਏ ਸਨ। ਸੋ ਸਲੋਕ ਲਿਖਵਾਵਨ ਕੀਨੇ, ਸ੍ਰੀ ਅਰਜਨ ਰਾਗਨ ਕੇ ਅੰਤ। ਉਹ ਜਿਹੜੇ ਸਹਿਸਕ੍ਰਿਤੀ ਦੇ ਸਲੋਕ ਹਨ, ਉਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਰਾਗਾਂ ਦੇ ਅਖੀਰ ਤੇ ਲਿਖਵਾਏ ਹਨ। ਬਹਰ ਪਿਖਿਓ ਗੁਰਦਾਸ ਲਿਖਾਰੇ, ਬੋਲੇ ਸ੍ਰੀ ਗੁਰ ਬਦਨ ਸੁਭੰਤ। ਫਿਰ ਭਾਈ ਗੁਰਦਾਸ ਸਾਹਿਬ ਜਿਹੜੇ ਲਿਖਣ ਵਾਲੇ ਲਿਖਾਰੀ ਹਨ, ਉਹਨਾਂ ਨੂੰ ਸੁਭਾਏਵਾਨ ਸੋਹਣੇ ਮੁਖੜੇ ਤੋਂ ਬਚਨ ਕਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਇਸ ਤਰ੍ਹਾਂ ਬੋਲੇ ਹਨ। ਨਿਜ ਬਾਣੀ ਤੈ ਕੀਨ ਬਨਾਵਨ, ਆਨ ਦਿਖਾਵੋ ਗੁਰ ਜਸਵੰਤ। ਹੇ ਭਾਈ ਗੁਰਦਾਸ, ਤੂੰ ਆਪਣੀ ਬਾਣੀ ਲਿਖੀ ਹੈ, ਸਾਨੂੰ ਲਿਆ ਕੇ ਵਿਖਾ ਹਾਂ ਕਿ ਦੇਖੀਏ ਉਹਦੇ ਵਿੱਚ ਕਿੰਨਾ ਕੁ ਜਸ ਗੁਰੂ ਸਾਹਿਬ ਦਾ ਕੀਤਾ ਹੈ। ਤਿਸ ਛਿਨ ਭਗਤ ਸਮੀਪ ਹੋਤੇ ਸਭ, ਚਰਚਾ ਕਰਤ ਅਲੇਖ ਬੇਅੰਤ। ਉਸ ਸਮੇਂ ਜਿਹੜੇ ਭਗਤ ਸੀ ਗੁਪਤ ਰੂਪ ਵਿੱਚ ਮਹਾਰਾਜ ਦੇ ਪਾਸ ਹਾਜ਼ਰ ਰਹਿੰਦੇ ਸੀ, ਜਿਹੜੇ ਚਰਚਾ ਕਰਦੇ ਸੀ, ਲੇਖੇ ਚ ਨਹੀਂ ਆਉਂਦਾ ਜਿਹੜਾ ਪਰਮੇਸ਼ਰ ਵਾਹਿਗੁਰੂ। ਮਾਨ ਬਚਨ ਗੁਰਦਾਸ ਗਇਓ ਤਬ, ਨਿਜ ਡੇਰੇ ਤੇ ਲਿਆਵਨ ਕੀਨ। ਭਾਈ ਗੁਰਦਾਸ ਜੀ ਦਾ ਇੱਥੇ ਪ੍ਰਸੰਗ ਆਰੰਭ ਹੋਣ ਲੱਗਾ ਹੈ, ਥੋੜੀ ਜਿਹੀ ਬੇਨਤੀ ਕਰਦਾ। ਜਦੋਂ ਰਾਤ ਗਏ ਬਰਾਜੇ ਤਾਂ ਸੁਪਨਾ ਆਇਆ, ਜਦੋਂ ਆਪਦੀ ਬਾਣੀ ਪੜ੍ਹਦੇ ਆ ਤਾਂ ਸਮੁੰਦਰ ਦੇ ਵਿੱਚ ਡੁੱਬਦੇ ਆ, ਜਦੋਂ ਗੁਰੂ ਦੀ ਬਾਣੀ ਪੜ੍ਹਦੇ ਆ ਤੇ ਤਰਦੇ ਆ। ਐਸਾ ਦ੍ਰਿਸ਼ਟਾਂਤ ਮਹਾਰਾਜ ਨੇ ਸੁਪਨੇ ਵਿੱਚ ਦਿਖਾਇਆ ਇਹਨਾਂ। ਹੁਣ ਕਈ ਜਵਾਬ ਪਰਮੇਸ਼ਰ ਵਾਹਿਗੁਰੂ ਸੁਪਨੇ ਵਿੱਚ ਹੀ ਦੇ ਜਾਂਦਾ ਹੈ। ਕਈ ਤਾਂ ਕਹਿੰਦੇ ਨਾ ਜੀ ਸੁਪਨੇ ਵਿੱਚ ਨਾਮ ਨਹੀਂ ਚੱਲਦਾ, ਪਰ ਮਹਾਰਾਜ ਤੇ ਕਹਿੰਦੇ ਕਬੀਰ ਸੁਪਨੇ ਹੂੰ ਬਰੜਾਏ ਕਹਿ ਜਿਹ ਮੁੱਖ ਨਿਕਸੇ ਰਾਮ।
ਜਾਂ ਮਹਾਰਾਜ ਕਹਿੰਦੇ ਨੇ ਡਾਕਟਰ ਭਾਈ ਵੀਰ ਸਿੰਘ ਜੀ ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਬੜੀ ਸੋਹਣੀ ਕਵਿਤਾ ਉਹਨਾਂ ਦੀ ਜਾਂ ਬਾਣੀ ਕਹਿੰਦੀ ਆ, ਆਓ ਸੁਭਾਗੀ ਨੀਂਦੜੀਏ ਮਤ ਸੌ ਦੇਖਾਂ ਸੋਏ। ਗੱਲ ਕੀ ਬਈ, ਜਾਗਦੇ ਨੂੰ ਰੱਬ ਨਹੀਂ ਮਿਲਦਾ, ਜਾਗਦਾ ਮੈਂ ਵਾਹਿਗੁਰੂ ਵਾਹਿਗੁਰੂ ਕਰਾਂ, ਸੁਪਨੇ ਚ ਮੈਨੂੰ ਮਿਲਦਾ। ਗੱਲ ਕੀ ਆ, ਗੱਲ ਇਹ ਆ ਵੀ ਜਾਗਦਿਆਂ ਬੰਦੇ ਦਾ ਦਿਮਾਗ ਵਿਚਾਰਾਂ ਚ ਖੁਭਿਆ ਰਹਿੰਦਾ, ਸੁੱਤਿਆਂ ਵੀ ਵੈਸੇ ਵਿਚਾਰ ਚੱਲਦੇ ਰਹਿੰਦੇ ਆ, ਪਰ ਫਿਰ ਵੀ 50% ਦਿਮਾਗ ਸ਼ਾਂਤ ਹੋ ਜਾਂਦਾ ਸੁੱਤਿਆਂ। ਇਸ ਕਰਕੇ ਸ਼ੁਰੂ ਸ਼ੁਰੂ ਚ ਤਾਂ ਉਹ ਸੁਪਨੇ ਚ ਹੀ ਮਿਲਦਾ ਹੈ, ਪ੍ਰਤੱਖ ਨਹੀਂ ਮਿਲਦਾ। ਜਿਵੇਂ ਈਸਾਈਆਂ ਦੇ ਬਹੁਤ ਵੱਡੇ ਸੰਤ ਹੋਏ ਨਾ, ਸੇਂਟ ਪਾਲ ਜੀ, ਉਹ ਪਹਿਲਾਂ ਕਿੱਡੇ ਵੱਡੇ ਨਿਰਦਈ ਤੇ ਜ਼ਾਲਮ ਸੀ, ਈਸਾਈਆਂ ਨੂੰ ਫੜ ਫੜ ਕੇ ਉਹਨਾਂ ਮਾਰਨਾ, ਫਾਂਸੀਆਂ ਤੇ ਚਾੜਨਾ, ਕਤਲ ਕਰਨੇ। ਇੱਕ ਦਿਨ ਮਾਰਨ ਵਾਸਤੇ ਜਦੋਂ ਤੁਰੇ ਤੇ ਸੁਪਨੇ ਵਿੱਚ ਈਸਾ ਮਸੀਹ ਦੇ ਦਰਸ਼ਨ ਹੋਏ, ਤੇ ਉਹ ਜਿਹੜਾ ਸਾਲ ਸੀ ਨਾ ਨਿਰਦਈ ਜ਼ਾਲਮ ਸਾਲ, ਉਹ ਬਣ ਗਿਆ ਸੇਂਟ ਪਾਲ, ਜਿਹਨੇ ਸਭ ਤੋਂ ਵੱਧ ਈਸਾਈ ਧਰਮ ਫੈਲਾਇਆ। ਇਸ ਕਰਕੇ ਮਹਾਰਾਜ ਦੀਆਂ ਬਖਸ਼ਿਸ਼ਾਂ ਨੇ ਕੀ ਪਤਾ ਕਿੱਥੇ ਕਦੋਂ ਵਾਪਰਣੀਆਂ, ਕਿਆ ਸਬਣਾ ਕਿਆ ਜਾਗਣਾ। ਗੁਰਮੁਖ ਤੇ ਪ੍ਰਵਾਨ ਸੁਪਨ ਚਰਿੱਤਰ, ਚਿੱਤਰ ਬਣ ਕੇ ਬਣੇ ਵਿਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਭਾਈ ਗੁਰਦਾਸ ਜੀ ਨੂੰ ਛੇਵੇਂ ਪਾਤਸ਼ਾਹ ਸੁਪਨੇ ਚ ਮਿਲੇ ਜਾ ਕੇ ਬਨਾਰਸ ਵਿੱਚ, ਕਾਂਸ਼ੀ ਵਿੱਚ। ਤਾਂ ਇਹ ਗੁਰੂ ਦੀ ਗੱਤ, ਗੁਰੂ ਜਾਣੇ ਕੱਲ ਨੂੰ ਬੇਨਤੀ ਕਰਾਂਗੇ ਅਗਲੇ ਇਤਿਹਾਸ ਦੀ ਭੁੱਲ ਚੁੱਕ ਦੀ ਖਿਮਾ। ਆਓ ਸਾਰੀਆਂ ਸੰਗਤਾਂ ਨਾਮ ਦੇ ਵਿੱਚ ਜੁੜੀਏ, ਲੇਖੇ ਕਤੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।